ਅਸਲਾਮ ਅਲੈਕੁਮ। ਅੱਜ ਦੇ ਵਲੋਗ ਵਿੱਚ ਮੈਂ ਤੁਹਾਡੇ ਕਮੈਂਟਸ ਪੜ੍ਹਨੇ ਆ ਜਿਹੜੇ ਤੁਸੀਂ ਬਹੁਤ ਅੱਛੇ ਅੱਛੇ ਕੀਤੇ ਆ। ਲੇਕਿਨ ਕੱਲ੍ਹ ਮੈਂ ਜਿਹੜੀ ਜੈਜ਼ ਡਿਜਿਟ 4G ਦੀ ਅਨਬੋਕਸਿੰਗ ਕੀਤੀ ਸੀਗੀ, ਉਹ ਜ਼ਿਆਦਾਤਰ ਲੋਕ ਖਰੀਦਣਾ ਚਾਹੁੰਦੇ ਆ ਫੋਨ ਨੂੰ, ਲੇਕਿਨ ਇਹ ਨਹੀਂ ਪਤਾ ਗਾ ਕਿਉਂਕਿ ਫਰੈਂਚਾਈਜ਼ ਤੋਂ 1800 ਦਾ ਵੀ ਮਿਲਦਾ ਪਿਆ ਵਾ ਅਤੇ 4200 ਦਾ ਵੀ, ਅਤੇ ਚੱਕਰ ਕੀ ਹੈ। ਪਹਿਲੇ ਮੈਂ ਚੱਕਰ ਸਮਝਾਊਂਗਾ, ਉਹ ਤੋਂ ਬਾਅਦ ਤੁਹਾਡੇ ਮੈਂ ਕਮੈਂਟਸ ਪੜ੍ਹਦਾ ਇਨਸ਼ਾਅੱਲਾ। ਅਗਰ ਤੁਸੀਂ ਜੈਜ਼ ਦੀ ਫਰੈਂਚਾਈਜ਼ 'ਤੇ ਜਾ ਕੇ 4200 ਰੁਪਏ ਦੇ ਇਸ ਫੋਨ ਨੂੰ ਫੌਰਨ ਖਰੀਦ ਸਕਦੇ ਹਾਂ ਅਤੇ ਫਿਰ ਤੁਹਾਨੂੰ ਵੀਡੀਓ ਦੇਖਣ ਦੀ ਜ਼ਰੂਰਤ ਨਹੀਂ। ਲੇਕਿਨ ਅਗਰ ਤੁਸੀਂ ਇਹ ਫੋਨ 1800 ਦਾ ਖਰੀਦਣਾ ਚਾਹੁੰਦੇ ਹਾਂ ਤਾਂ ਫਿਰ ਇਹ ਵੀਡੀਓ ਦੇਖਣਾ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ। ਸਟੈਪ 1, 1800 ਦਾ ਇਹ ਫੋਨ ਖਰੀਦਣ ਵਾਸਤੇ ਘਰੋਂ ਨਿਕਲਣ ਤੋਂ ਪਹਿਲਾਂ ਇੱਕ ਜੈਜ਼ ਦੀ ਸਿਮ ਅਤੇ 2500 ਰੁਪਏ ਨਾਲ ਜ਼ਰੂਰ ਲੈ ਕੇ ਜਾਇਓ, ਨਹੀਂ ਤਾਂ ਤੁਹਾਨੂੰ ਘਰ ਵਾਪਸ ਆਉਣਾ ਪੈਣਾ। ਸਟੈਪ 2, ਜੈਜ਼ ਦੀ ਫਰੈਂਚਾਈਜ਼ ਤੋਂ ਜਦੋਂ ਤੁਸੀਂ ਇਹ ਫੋਨ ਖਰੀਦਣਾ ਵਾ ਤਾਂ ਉਹਨਾਂ ਨੇ ਨਾਲ ਤੁਹਾਡੀ ਜੈਜ਼ ਦੀ ਸਿਮ ਲੈ ਕੇ ਇਸ ਫੋਨ ਦਾ ਕਨੈਕਸ਼ਨ ਕਰ ਦੇਣਾ ਹੁੰਦਾ। ਉਹ ਤੋਂ ਬਾਅਦ ਹੁਣ 350 ਰੁਪਏ ਦਾ ਪੈਕੇਜ ਲਾ ਕੇ ਦੇਣਾ ਉਹਨਾਂ ਨੇ, ਜਿਹਦੇ ਪੈਸੇ ਤੁਹਾਨੂੰ ਜ਼ਿਆਦਾ ਦੇਣੇ ਪੈਣੇ ਆ। 350 ਰੁਪਏ ਦੇ ਇਸ ਪੈਕੇਜ ਵਿੱਚ ਤੁਹਾਨੂੰ ਅਗਲੇ 1 ਮਹੀਨੇ ਵਾਸਤੇ 1000 MB SMS ਅਤੇ ਮਿੰਟ ਮਿਲਣੇ ਆ। ਔਰ ਅਗਰ ਇਹ ਪੈਕੇਜ ਖਤਮ ਹੋਣ ਤੋਂ ਬਾਅਦ ਅਗਲੇ 10 ਦਿਨ ਦੇ ਵਿੱਚ ਤੁਸੀਂ ਇਹ ਪੈਕੇਜ ਦੁਬਾਰਾ ਨਹੀਂ ਲਾਇਆ ਤਾਂ ਕੰਪਨੀ ਨੇ ਤੁਹਾਡੀ ਸਿਮ ਅਤੇ ਫੋਨ ਬੰਦ ਕਰ ਦੇਣਾ। ਤਕਰੀਬਨ ਇਸ ਫੋਨ ਦੇ ਬਾਰੇ ਜਿੰਨੀ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਸੀਗੀ ਉਹ ਮੈਂ ਦੇ ਦਿੱਤੀ ਹੈ। ਬਾਕੀ ਅਗਰ ਤੁਹਾਡਾ ਫਿਰ ਵੀ ਕੋਈ ਸਵਾਲ ਹੋਵੇ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਪੁੱਛਿਓ, ਮੈਂ ਜ਼ਰੂਰ ਜਵਾਬ ਦੇਵਾਂਗਾ। ਅਤੇ ਫਿਲਹਾਲ ਹੁਣ ਮੈਂ ਘਰੇ ਜਾ ਰਿਹਾ ਹਾਂ ਤੁਹਾਡੇ ਕਮੈਂਟਸ ਪੜ੍ਹਨ ਵਾਸਤੇ, ਅਤੇ ਹੁਣ ਇੱਧਰ ਜਿਹੜੀ ਮੈਂ ਕੱਲ੍ਹ ਗੱਲ ਕਹੀ ਸੀਗੀ ਉਹ ਤੁਸੀਂ ਸੁਣ ਲਓ ਤਾਂ ਕਿ ਕਿਸੇ ਦਾ ਇਤਰਾਜ਼ ਨਾ ਹੋਵੇ ਕਿ ਮੇਰਾ ਕਮੈਂਟ ਕਿਉਂ ਨਹੀਂ ਪੜ੍ਹਿਆ। ਜ਼ਰੂਰੀ ਗੱਲ ਇਹ ਹੈ ਕਿ 17 ਤਰੀਕ ਦੀ ਸ਼ਾਮ ਨੂੰ ਜਿਹੜਾ ਵਲੌਗ ਆਉਣਾ ਵਾ ਉਹਦੇ ਵਿੱਚ ਮੈਂ ਤੁਹਾਡੇ ਨਾਮ ਲੈ ਕੇ ਕਮੈਂਟਸ ਪੜ੍ਹਨੇ ਆ, ਲੇਕਿਨ ਸ਼ਰਤ ਇਹ ਆ ਕਿ ਮੇਰੀ 3 ਵੀਡੀਓ ਅਤੇ ਤੁਹਾਡੇ 3 ਕਮੈਂਟ ਹੋਣਾ ਲਾਜ਼ਮੀ ਹੈ। ਅੱਲਾ ਹਾਫਿਜ਼। ਜਿਨ੍ਹਾਂ ਨੇ ਹੁਣ ਤੱਕ ਮੇਰੀ ਵੀਡੀਓ 'ਤੇ ਸਭ ਤੋਂ ਜ਼ਿਆਦਾ ਕਮੈਂਟ ਕੀਤੇ ਸੀਗੇ ਉਹਨਾਂ ਦੀ ਸਭ ਤੋਂ ਪਹਿਲੀ ਵਾਰੀ ਆਊਗੀ, ਬਾਕੀ ਆਸਤਾ ਆਸਤਾ ਸਾਰਿਆਂ ਦੀ ਵਾਰੀ ਆਉਂਦੀ ਜਾਊਗੀ। ਅਤੇ ਸਭ ਤੋਂ ਪਹਿਲਾਂ ਕਮੈਂਟ ਕੀਤਾ ਵਾ ਅਬਦੁਲ ਅਲੀਮ ਭਾਈ ਨੇ 23 ਨੰਬਰ ਵਲੌਗ 'ਤੇ, ਵਧੀਆ ਜੀ ਅਸੀਂ ਵੇਟ ਕਰਦੇ ਹਾਂ। ਮਿਹਰਬਾਨੀ ਭਾਈ ਜੀ, ਤੁਸੀਂ ਸਾਡੇ ਵਲੌਗ ਵੇਖਣ ਵਾਸਤੇ ਸਾਡੀ ਕੁਲੈਬ ਦੀ ਵੀਡੀਓ ਵੇਖਣ ਵਾਸਤੇ ਇੰਤਜ਼ਾਰ ਕਰ ਰਹੇ ਹਾਂ। ਅਤੇ ਹਾਫਜ਼ ਸਿਟੀ ਸੈਂਟਰ ਵਾਲਿਆਂ ਨੇ ਕਮੈਂਟ ਕੀਤਾ ਵਾ ਪੂੰਡ ਛਿੱਤਰਾਂ ਤੋਂ ਇਲਾਵਾ ਸੂਤ ਨਹੀਂ ਆਉਂਦੇ 20 ਨੰਬਰ ਵਲੌਗ 'ਤੇ, ਕਿਉਂਕਿ ਕਾਰ ਵਿੱਚ ਪੂੰਡ ਆ ਗਿਆ ਸੀਗਾ ਅਤੇ ਤਾਂ ਉਹਨਾਂ ਨੇ ਲਿਖਿਆ ਕਿ ਪੂੰਡ ਛਿੱਤਰਾਂ ਤੋਂ ਇਲਾਵਾ ਸੂਤ ਨਹੀਂ ਆਉਂਦੇ। ਟੂਟੀ ਫਰੂਟੀ ਨੇ ਕਮੈਂਟ ਕੀਤਾ ਵਾ 42 ਨੰਬਰ ਵਲੌਗ 'ਤੇ, ਨਹੀਂ ਜੀ ਅੱਜ ਪਹਿਲੀ ਦਫ਼ਾ ਦੇਖਿਆ ਗਾਜਰਾਂ ਨੂੰ ਧੋਤੇ ਹੋਏ। ਚਲੋ ਸ਼ੁਕਰ ਆ ਤੁਸੀਂ ਪਹਿਲੀ ਵਾਰੀ ਤਾਂ ਵੇਖ ਲਿਆ, ਮਿਹਰਬਾਨੀ ਕਮੈਂਟ ਕਰਨ ਦੀ। ਅੱਗੇ ਆ ਗਏ ਜੀ KCM55 ਦਾ ਗ੍ਰੇਟ, 17 ਨੰਬਰ ਵਲੌਗ 'ਤੇ ਇਹਨਾਂ ਨੇ ਕਮੈਂਟ ਕੀਤਾ ਵਾ ਭਾਈ ਆਪਕੀ ਐਡੀਟਿੰਗ ਕਮਾਲ ਕੀ ਹੈ, ਆਪਕੀ ਹਰ ਵੀਡੀਓ ਦੇਖੀ ਹੈ, ਇਨਸ਼ਾਅੱਲਾ ਬਹੁਤ ਅੱਗੇ ਜਾਓਗੇ। ਇਤਨੀ ਖੁਸ਼ੀ, ਇਤਨੀ ਖੁਸ਼ੀ ਮੁਝੇ। ਸ਼ੁਕਰੀਆ ਜੀ ਮਿਹਰਬਾਨੀ ਸਪੋਰਟ ਕਰਨ ਵਾਸਤੇ, ਸਾਰੀ ਐਡੀਟਿੰਗ ਦੱਸਣ ਵਾਸਤੇ ਕਿ ਚੰਗੀ ਹੈ, ਮਿਹਰਬਾਨੀ, ਬਹੁਤ ਸ਼ੁਕਰੀਆ। ਅੱਗੇ ਆ ਗਏ ਜੀ ਅਬਦੁਲ ਅਲੀਮ ਵਲੌਗਸ, 43 ਨੰਬਰ ਵਲੌਗ 'ਤੇ ਇਹਨਾਂ ਨੇ ਕਮੈਂਟ ਕੀਤਾ ਵਾ ਹਾਂ ਫੋਨ ਬਦਲ ਲੈਣਾ ਚਾਹੀਦਾ ਵਾ। ਉਹ ਮੈਂ ਕਿਹਾ ਸੀ ਨਾ ਵੀਡੀਓ ਵਿੱਚ ਕਿ ਕਛੂਏ ਦੀ ਸਪੀਡ ਫੜ ਜਾਵੇ ਫੋਨ ਤਾਂ ਫਿਰ ਬਦਲ ਹੀ ਲੈਣਾ ਚਾਹੀਦਾ, ਤਾਂ ਉਹਨੇ ਕਮੈਂਟ ਕਰਕੇ ਕਿਹਾ ਵਾ ਕਿ ਜੀ ਬਿਲਕੁਲ ਬਦਲ ਲੈਣਾ ਚਾਹੀਦਾ ਵਾ। ਮਿਸਟਰ ਅਬਦੁਲ ਵਲੌਗਸ ਨੇ ਕਮੈਂਟ ਕੀਤਾ ਵਾ 43 ਨੰਬਰ ਵਲੌਗ 'ਤੇ, ਸ਼ਹਿਜ਼ਾਦਾ ਵੀਰ ਫਿਊਚਰ ਆਫ ਪਾਕਿਸਤਾਨ, ਗੁੱਡ ਵਰਕ ਬਰੋ। ਮਿਹਰਬਾਨੀ ਭਾਈ ਤੁਹਾਡੀ, ਤੁਸੀਂ ਇੱਕੋ ਹੀ ਕਮੈਂਟ ਵਿੱਚ ਇੰਨਾ ਕੁਛ ਲੈ ਦਿੱਤਾ ਸਾਡੇ ਵਾਸਤੇ, ਮਿਹਰਬਾਨੀ, ਬਹੁਤ ਸ਼ੁਕਰੀਆ। ਮੁਬੀਨ ਚੌਧਰੀ ਨੇ ਕਮੈਂਟ ਕੀਤਾ ਵਾ 39 ਨੰਬਰ ਵਲੌਗ 'ਤੇ, ਯਾਰ ਆਪ ਵੀਡੀਓ ਬਹੁਤ ਅੱਛੀ ਐਡਿਟ ਕਰਦੇ ਹੋ। ਸ਼ੁਕਰੀਆ ਮੁਬੀਨ ਭਾਈ, ਬਹੁਤ ਮਿਹਰਬਾਨੀ। ਆਮਿਰ ਵਾਰਸੀ ਵਲੌਗ ਨੇ ਕਮੈਂਟ ਕੀਤਾ ਵਾ 44 ਨੰਬਰ ਵਲੌਗ 'ਤੇ, ਮਾਸ਼ਾਅੱਲਾ ਵੈਰੀ ਗੁੱਡ ਵਲੌਗ ਭਾਈ। ਸ਼ੁਕਰੀਆ ਵਾਰਸੀ ਭਾਈ, ਆਮਿਰ ਭਾਈ, ਆਮਿਰ ਵਾਰਸੀ, ਤੁਸੀਂ ਦੋ ਨਾਮ ਰੱਖੇ ਹੋਏ ਆ, ਪਤਾ ਨਹੀਂ ਤੁਹਾਡਾ ਕਿਹੜਾ ਸਹੀ ਨਾਮ ਜਾਂ ਕਿਹੜਾ ਨਾਮ ਤੁਸੀਂ ਮੇਨ ਇਸਤੇਮਾਲ ਕਰਦੇ ਆ। ਅਮਜਿਦ ਵਰਡ ਨੇ ਕਮੈਂਟ ਕੀਤਾ ਵਾ 4 ਨੰਬਰ ਵਲੌਗ 'ਤੇ ਫੈਸਲਾਬਾਦ ਵਾਲੇ 'ਤੇ, ਸੁਪਰ ਔਸਮ। ਸ਼ੁਕਰੀਆ ਅਮਜਿਦ ਭਾਈ, ਬਹੁਤ ਮਿਹਰਬਾਨੀ। ਸੁਮਈਆ ਨੇ ਕਮੈਂਟ ਕੀਤਾ ਵਾ, ਸ਼ੋ ਨਹੀਂ ਹੋ ਰਹੀ ਕਿ ਕਿਹੜੀ ਵੀਡੀਓ 'ਤੇ ਕਮੈਂਟ ਕੀਤਾ ਵਾ, ਸੱਚੀ ਮੈਂ ਆਪਕੀ ਵੀਡੀਓ ਬਹੁਤ ਅੱਛੀ ਹੋਤੀ ਹੈ, ਮਜ਼ਾ ਤਬ ਆਤਾ ਹੈ ਜਬ ਆਪ ਆਪਣੀ ਹੀ ਜ਼ਬਾਨ ਮੇਂ ਬਾਤ ਕਰਤੇ ਹੋ, ਉਰਦੂ ਨਹੀਂ ਬੋਲਤੇ, ਕਿਉਂਕਿ ਆਪ ਜੋ ਹੋ ਵਹੀ ਵੀਡੀਓ ਮੇਂ ਨਜ਼ਰ ਆਤੇ ਹੋ, ਇਸ ਲਈ ਮੁਝੇ ਤੋਂ ਬਹੁਤ ਮਜ਼ਾ ਆਤਾ ਹੈ। ਸ਼ੁਕਰੀਆ ਸੁਮਈਆ ਜੀ, ਜੇ ਤੁਹਾਨੂੰ ਸਾਡੀ ਸਾਦੀ ਜੀ ਪੰਜਾਬੀ ਪਸੰਦ ਆਉਂਦੀ ਹੈ ਤਾਂ ਮਿਹਰਬਾਨੀ ਹਰ ਵਾਰੀ ਸਾਡੀ ਵੀਡੀਓ 'ਤੇ ਆ ਕੇ ਕਮੈਂਟ ਕਰਨ ਵਾਸਤੇ। ਅੱਗੇ ਆ ਕੇ ਜੀ ਫਨੀ ਬਣੀ ਇੰਟਰੋ, ਇਹਨਾਂ ਨੇ ਕਮੈਂਟ ਕੀਤਾ ਵਾ 36 ਨੰਬਰ ਵਲੌਗ 'ਤੇ, ਬਹੁਤ ਅੱਛੀ ਵੀਡੀਓ ਹੈ, ਆਪ ਫਿਊਚਰ ਵਲੌਗਰ ਹੈ। ਸ਼ੁਕਰੀਆ ਸ਼ਹੀਰ ਭਾਈ, ਫਨੀ ਬਣੀ ਇੰਟਰੋ। ਇਬਰਾਤ ਮਲਿਕ ਭਾਈ ਨੇ ਕਮੈਂਟ ਕੀਤਾ ਵਾ 25 ਨੰਬਰ ਵਲੌਗ 'ਤੇ, ਕੀਪ ਇਟ ਅਪ ਭਾਈ। ਸ਼ੁਕਰੀਆ ਇਬਰਾਤ ਭਾਈ, ਤੁਹਾਡਾ ਵੀ ਵਾਰ ਵਾਰ ਕਮੈਂਟ ਹੁੰਦਾ ਵਾ, ਬੜਾ ਸਪੋਰਟ ਕਰਦੇ ਹੋ ਤੁਸੀਂ, ਮਿਹਰਬਾਨੀ ਤੁਹਾਡੀ। ਅੱਗੇ ਆ ਗਏ ਜੀ ਅਸਦ ਖਾਨ, ਇਹਨਾਂ ਨੇ ਕਮੈਂਟ ਕੀਤਾ 24 ਨੰਬਰ ਵਲੌਗ 'ਤੇ, ਜਿੱਥੇ ਮੈਂ DJI ਓਸਮੋ ਪੋਕਿਟ ਦਾ ਨਵਾਂ ਕੈਮਰਾ ਲੈਣ ਗਿਆ ਸੀਗਾ। ਅਰੇ ਸਰ ਮੁਬਾਰਕ, ਖੈਰ ਮੁਬਾਰਕ ਅਸਦ ਖਾਨ ਭਾਈ, ਮਿਹਰਬਾਨੀ ਤੁਸੀਂ ਸਾਡੀ ਵੀਡੀਓ 'ਤੇ ਕਮੈਂਟ ਕੀਤਾ, ਆ ਕੇ ਮੁਬਾਰਕਾਂ ਦਿੱਤੀਆਂ, ਖੈਰ ਮੁਬਾਰਕ। ਅੱਗੇ ਆ ਗਏ ਜੀ ਜ਼ੋਯਾ ਜ਼ੋਹਰਰ, ਇਹਨਾਂ ਨੇ ਕਮੈਂਟ ਕੀਤਾ 44 ਨੰਬਰ ਵਲੌਗ 'ਤੇ, ਜਿਹੜਾ ਪਿਛਲਾ ਵਲੌਗ ਬਣਾਇਆ ਸੀਗਾ। ਵਾਓ ਅਮੇਜ਼ਿੰਗ ਭਈਆ, ਰੀਅਲੀ ਨਾਈਸ ਵੀਡੀਓ, ਅਮੇਜ਼ਿੰਗ ਰਿਵਿਊ, ਜੜ੍ਹਾਂ ਵਾਲਾ ਅੱਛਾ ਸਿਟੀ, ਪੰਜਾਬੀ।
थैंक शुक्रिया जोया जोहर जी। एमी मुगल ने कमेंट किया वा वाटर वर्क पार्क लिए वीडियो से, गुड शुक्रिया एमी मुगल जी, तुसी साड़ी वीडियो से तकरीबन 4-5 बारी कमेंट किया है, मेहरबानी अगे भी करते रहोंगे उम्मीद है। अगे आ गए जी मियाँ आशिर भाई 39 नंबर ब्लॉग से इन्होंने कमेंट किया वा ग्रेट अमेजिंग गुड कीप इट अप, शुक्रिया आशिर भाई, इन्होंने कोलैब भी आऊगा मेरा जल्दी इंशाल्लाह। अगे आए जी मुहम्मद आतिफ व्लॉग्स माई फर्स्ट व्लॉग इन 2020, उन्होंने कमेंट किया वा बेस्टेस्ट व्लॉग एवर गुड एफर्ट्स कीप डूइंग एंड कीप ग्रोइंग, शुक्रिया मुहम्मद आतिफ भाई, तुसी साड़ी वीडियो कमेंट किया सानू दस्सिया सानू सपोर्ट किया मेहरबानी, उम्मीद है तुसी अगे भी करते रहोगे सपोर्ट। अगे आ गए जी मुहम्मद तलाल भाई, इन्होंने फर्स्ट ब्लॉग से कमेंट किया वा कीप इट नाइस एडिट वीडियो, तो बाकी वीडियो से भी कमेंट करते रहते हैं, हर्ट भेजते रहते माशाल्लाह हर बारी, तो बहुत शुक्रिया मुहम्मद तलाल भाई, तुम साड़ी वीडियो तो कमेंट करके सानू दसदे आ साड़ी वीडियो बहुत अच्छी है। अगे आ गए जी फूल ब्रांड 42 नंबर ब्लॉग से इन्होंने कमेंट किया वा वाह ब्रो गाजरां धो रहे थे ना तो कहते कि वाह ब्रो, शुक्रिया फूल ब्रांड भाई। अगे आ गए जी मियाँ मुजम्मल भाई, इन्होंने 44 नंबर ब्लॉग से कमेंट किया वा नाइस बड्डी, शुक्रिया मुजम्मल भाई मेहरबानी, तुसी जाके फौरन 3 कमेंट कर दिते सानू मैं कहा सीगा ते मेहरबानी। अगे आ गए जी एहसन गुजर भाई, माइक फॉर स्मार्टफोन ब्लॉगिंग 21 नंबर ब्लॉग से इन्होंने कमेंट किया वा काम क्या करते हो जी, मैं शॉर्ट क्लिप्स मैनेजर हूँ आप सिटी सेंटर का और ये ब्लॉग सुनाता हूँ, बस दो ही काम करता हूँ मैं आजकल। अदील जमील भाई ने कमेंट किया है 25 नंबर ब्लॉग पर, भाई हमें कब खिलाएंगे सैंडविच, 25 फूड शूट की दुकान पर गए थे ना सी तो वीडियो वेख के ताइए पूछ रहे भाई के कदों खिलाऊंगे सैंडविच। अनस हफीज ने कमेंट किया वा 44 नंबर ब्लॉग से गुड वर्क भाई, शुक्रिया भाई अनस भाई, तुसी वीडियो साड़ी वीडियो से कमेंट किया, अनस भाई भी सोच रहे हैं अजे कि मैं ब्लॉग शुरू करा तो मैनू बहुत इंतजार है थोड़ा ब्लॉग शुरू करने का, अगर तुम शुरू करोगे तो कोई भी सपोर्ट चाहिए हुई तो मैं थोड़ा जरूर सपोर्ट करूंगा। अगे आ गए जी जैस मानक ऑफिशियल 26 नंबर वीडियो तेना कमेंट किया वा नाइस कॉन्फिडेंस, शुक्रिया भाई साड़ा कॉन्फिडेंस होर बधाने वास्ते। वसीम देसी ब्लॉग ने कमेंट किया वा 44 नंबर वीडियो से माशाला जबरदस्त एडिटिंग, शुक्रिया वसीम भाई थोड़ा साड़ी एडिटिंग पसंद आई मेहरबानी। अकबर जे आर डबल्यू जबरदस्त वाटर वर्क पार्क दिन वीडियो से उन्होंने कमेंट किया वा, शुक्रिया अकबर जे आर डबल्यू। फरूक हैदर कैसरानी ने कमेंट किया वा माई फर्स्ट ब्लॉग से माशाला गुड वीडियो योर एरिया इज ब्यूटीफुल, शुक्रिया भाई थोड़ा साड़ा एरिया पसंद आया बहुत मेहरबानी। अगे आ गए जी किंग खान ने कमेंट किया वा 26 नंबर ब्लॉग से थैंक यू ब्रो अली खान फ्रॉम TCS, TCS विच भाई काम करते थे मैं उत्थे ब्लॉग बनाने वास्ते गया सी उन्होंने वीडियो बनाई सी मैं इस करके थैंक्स कह रहे हैं। अगे आ गए जी मेहर साध भाई, इन्होंने माई फर्स्ट ब्लॉग से कमेंट किया वा खैर मुंडे की, शुक्रिया भाई तुसी मेरे पहले व्लॉग देख के तो इन्हू सपोर्ट किया कमेंट भी किया लाइक भी किया मेहरबानी। अगे आ गए जी मुजाहद 53 गावे 40 नंबर ब्लॉग तेने कमेंट किया कर इसमें तीक ने बनाई सी वीडियो में अच्छा लगा, शुक्रिया मुजाहद भाई तो थोड़ा साड़ी वीडियो अच्छी लगी तो कर इसमें तीक ने मिल के भी अच्छा लग्या। उमर हयात भाई ने कमेंट किया वा 35 नंबर ब्लॉग से सुबह की सैर दोस्तों के साथ नाइस, आप कहाँ रहते हो 53 गावे टेसियाँ में रहता हूँ उर्दू में बता रहा हूँ। मैरी टेक ने कमेंट किया वा 2:42 से उन्होंने हिंट दिता वा ना लिखा हर जगह पर ऐसे नहीं धोते गाजरां, कहीं कहीं पर मशीन भी लगी होती हैं गाजरां धोने के लिए। हाँ जी भाई बिल्कुल मैनू बाद चो पता लग गया सीगा सारे पैर मार के नहीं धोते गए कुछ जगह पर मशीन भी धोतियां दी मेहरबानी दसन वास्ते। तो ये सारे कमेंट पूरे हो गए हैं तो जो थोड़ा वीडियो पसंद आई है तो मैंने कमेंट करके जरूर दसीओ जी इस वीडियो के 50 कमेंट आ गए तो फिर मैं दोबारा फिर कोई कमेंट वाली वीडियो बनाऊंगा जल्दी इंशाल्लाह। अल्लाह हाफिज़।